ਲੁਧਿਆਣਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗਾ ਜੋ ਅੱਗੇ ਚੱਲ ਰਹੇ ਨੇ ਜੀ ਹਾਂ 9258 ਦੀ ਲੀਡ ਦੇ ਨਾਲ ਉਹ ਅੱਗੇ ਚੱਲ ਰਹੇ ਨੇ। ਇਸ ਤੋਂ ਇਲਾਵਾ ਭਾਜਪਾ ਉਮੀਦਵਾਰ ਰਵਨੀਤ ਬਿੱਟੂ 71793 ਵੋਟਾਂ ਨਾਲ ਚੱਲ ਰਹੇ ਨੇ ਅਤੇ ਉੱਧਰ ਅਸ਼ੋਕ ਪਰਾਸ਼ਰ ਪੱਪੀ 58839 ਵੋਟਾਂ ਨਾਲ ਅੱਗੇ ਚੱਲ ਰਹੇ ਨੇ। ਸੋ ਦੱਸ ਦਈਏ ਕਿ ਅਕਾਲੀ ਦਲ ਦੇ ਰਣਜੀਤ ਸਿੰਘ ਢਿੱਲੋਂ 24417 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ। ਸੋ ਦੱਸ ਦਈਏ ਕਿ ਲੁਧਿਆਣਾ ਅਤੇ ਪਟਿਆਲਾ ਦੇ ਵਿੱਚ ਫਸਵਾ ਮੁਕਾਬਲਾ ਹੈ ਜੋ ਉਮੀਦਵਾਰਾਂ ਦੇ ਵਿਚਾਲੇ। ਸੋ ਦੱਸ ਦਈਏ ਕਿ ਲੁਧਿਆਣਾ ਦੇ ਵਿੱਚ ਰਵਨੀਤ ਬਿੱਟੂ ਅਤੇ ਰਾਜਾ ਵੜਿੰਗ ਦੇ ਵਿਚਾਲੇ ਫਸਵਾ ਮੁਕਾਬਲਾ ਹੈ। ਸੋ ਦੱਸ ਦਈਏ ਕਿ ਫਿਲਹਾਲ ਜੋ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਂਗਰਸੀ ਉਮੀਦਵਾਰ ਉਹ ਅੱਗੇ ਚੱਲ ਰਹੇ ਨੇ 9258 ਦੀ ਲੀਡ ਦੇ ਨਾਲ ਉਹ ਅੱਗੇ ਚੱਲ ਰਹੇ ਨੇ।